ਨਸੀਗਾ ਜਦਵਿੰਦਰ ਪਾਜੀ ਆਪਣੀ ਜਰਮਨ ਦੇ ਹਾਲਾਤ ਜਿਹੜੇ ਕਰੋਨਾ ਦੇ ਕਰਕੇ ਆ ਉਹ ਥੋੜੇ ਜਿਹਾ ਹੋਰ ਵਿਗੜੇ ਆ ਤੇ ਪਿਛਲੀ ਵੀਡੀਓ ਚ ਜਿਵੇਂ ਤੁਹਾਨੂੰ ਮੈਂ ਦੱਸਿਆ ਹੋਵੇਗਾ ਕਿ ਇੱਥੇ 3500 ਬੰਦਾ ਇਨਫੈਕਸ਼ਨ ਦਾ ਸ਼ਿਕਾਰ ਹੋਇਆ ਆ ਤੇ ਉਹ ਵੱਧ ਕੇ ਹੁਣ 8629 ਤੇ ਪਹੁੰਚ ਗਈ ਆ ਤੇ ਜਿਨ੍ਹਾਂ ਦੇ ਵਿੱਚੋਂ 23 ਲੋਕਾਂ ਦੀ ਮੌਤ ਹੋ ਚੁੱਕੀ ਆ ਪਰ ਵਧੀਆ ਗੱਲ ਇਹ ਵੀ ਨਾਲ ਦੀ ਨਾਲ ਹੈ ਕਿ 67 ਲੋਕ ਜਿਹੜੇ ਇਸ ਇਨਫੈਕਸ਼ਨ ਦਾ ਸ਼ਿਕਾਰ ਹੋਏ ਸੀਗੇ ਉਹ ਦੁਬਾਰਾ ਸਿਹਤਮੰਦ ਹੋ ਗਏ ਆ ਇੱਥੇ ਦੀ ਪ੍ਰੈਜ਼ੀਡੈਂਟ ਜਿਹੜੀ ਅੰਗੇਲਿਕਾ ਮੈਰਕਲ ਉਹਨੇ ਇਹ ਕਿਹਾ ਆ ਕਿ ਆਪਣੇ ਜਿਹੜੇ ਘਰਾਂ ਦੇ ਵਿੱਚ ਜ਼ਿਆਦਾ ਤੌਰ ਤੱਕ ਰਹੋ ਤੁਸੀਂ ਸੋਸ਼ਲ ਕੰਟੈਕਟ ਜਿਹੜੇ ਉਹਨਾਂ ਨੂੰ ਬੰਦ ਕਰੋ ਬਾਹਰ ਆਣ ਜਾਣਾ ਜਾਂ ਕਿਸੇ ਨੂੰ ਮਿਲਣ ਜਾਣਾ ਉਹ ਬੰਦ ਕਰੋ ਤੇ ਉਸਨੇ ਨਾਲ ਦੀ ਨਾਲ ਇਹ ਕਿਹਾ ਹੈ ਕਿ ਕਈ ਹੋਟਲ ਤੇ ਕਈ ਵੱਡੇ ਜਿਹੜੇ ਹਾਲ ਆ ਉਹਨਾਂ ਨੂੰ ਇਹ ਕਲੀਨਿਕਮ ਦੇ ਵਿੱਚ ਤਬਦੀਲ ਕਰਨਗੇ ਕਿਉਂਕਿ ਇਸ ਟਾਈਮ ਜਿਹੜੇ ਹਸਪੀਟਲ ਨ ਰਜਿਸਟ੍ਰੇਸ਼ਨ ਇਹ ਵੀ ਆ ਕਿ ਉੱਥੇ ਕੋਈ ਜਗ੍ਹਾ ਕਈਆਂ ਦੇ ਵਿੱਚ ਨਹੀਂ ਖਾਲੀ ਹੈਗੀ ਤੇ ਜੇ ਕਿਸੇ ਨੂੰ ਕੋਈ ਸ਼ੱਕ ਪੈਂਦਾ ਹੈ ਆਪਣੇ ਆਪ ਤੇ ਉਹ 116 ਨੰਬਰ ਜਾਂ 117 ਨੰਬਰ ਡਾਇਲ ਕਰੇ ਤੇ ਜਾਂ 112 ਨੰਬਰ ਫੋਰ ਐਵਰ ਵਾਲਿਆਂ ਦਾ ਡਾਇਲ ਕਰੇ ਤੇ ਉੱਥੋਂ ਉਹ ਆਪਣੇ ਲਈ ਮਦਦ ਲੈ ਸਕਦਾ ਆ ਤੇ ਬੱਚਿਆਂ ਨੂੰ ਬਾਹਰ ਜਾਣ ਤੋਂ ਮਨਾ ਕੀਤਾ ਗਿਆ ਹੈ ਕਿਉਂਕਿ ਇਹਨਾਂ ਦੇ ਸਕੂਲ ਵੀ ਬੰਦ ਕਰ ਦਿੱਤੇ ਗਏ ਸੀ ਕਿੰਡਰਗਾਰਟਨ ਵੀ ਬੰਦ ਕਰਤੇ ਸੀਗੇ ਤੇ ਬੱਚਿਆਂ ਨੂੰ ਬਿਲਕੁਲ ਹਦਾਇਤ ਹੈ ਕੱਲ ਤੋਂ ਪੇ ਬਾਹਰ ਨਹੀਂ ਜਾਣਾ ਹੈਗਾ ਤੇ ਨਾ ਹੀ ਉਹ ਆਪਣੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਮਿਲਣ ਜਾ ਸਕਦੇ ਆ ਤੇ ਸ਼ਹਿਰਾਂ ਦੇ ਵਿੱਚ ਵੀ ਹਾਲਾਤ ਇਦਾਂ ਦੇ ਹੋ ਚੁੱਕੇ ਆ ਕਿ ਬਹੁਤ ਹੀ ਦੁਕਾਨਾਂ ਬੰਦ ਕਰ ਦਿੱਤੀਆਂ ਗਈਆਂ ਜਿਹੜੀ ਮੈਂ ਵੀਡੀਓ ਤੁਹਾਨੂੰ ਮੈਂ ਭੇਜਾਂਗਾ ਬਾਅਦ ਦੇ ਵਿੱਚ ਇਸ ਵੀਡੀਓ ਤੋਂ ਬਾਅਦ ਤੇ ਤੁਸੀਂ ਉੱਥੇ ਦੇਖ ਸਕਦੇ ਆ ਤੇ ਉਹ ਦੁਕਾਨਾਂ ਬੰਦ ਕਰਵਾਈ ਵੀ ਜਾ ਰਹੇ ਆ ਤੇ ਖੁੱਲ ਸਿਰਫ ਉਹੀ ਰਹੀਆਂ ਜਿਹੜੀਆਂ ਕਿ ਸੁਪਰਮਾਰਕਟਾਂ ਹੋਈਆਂ ਖਾਣੇ ਦੇ ਲਈ ਤੇ ਜਾਂ ਆਪਣੇ ਪੈਟਰੋਲ ਪੰਪ ਹੋ ਗਏ ਟੈਂਕ ਸਟੇਲੇ ਜਿਹਨੂੰ ਕਹਿੰਦੇ ਆ ਉਹ ਖੁੱਲੇ ਆ ਬੈਂਕਾਂ ਖੁੱਲੀਆਂ ਜਾਂ ਹਸਪੀਟਲ ਜਾਂ ਅਪੋਟੇਕੇ ਦਵਾਈਆਂ ਦੀ ਦੁਕਾਨਾਂ ਖੁੱਲੀਆਂ ਆ ਤੇ ਹਾਂ ਰੈਸਟੋਰੈਂਟ ਜਿਹੜੇ ਬਿਲਕੁਲ ਬੰਦ ਆ ਲੇਕਿਨ ਜਿਹੜੇ ਭਰਾਵਾਂ ਦੇ ਇੱਥੇ ਪੀਜ਼ਾ ਸਰਵਿਸ ਹੈਗੀਆਂ ਆ ਜਿਹੜੀਆਂ ਮੰਨ ਲਓ ਕਿ ਬ੍ਰਿੰਗ ਦੀਨ ਸਟਾਰ ਦੀਆਂ ਆ ਉਹ ਆਪਣੇ ਖੋਲ ਸਕਦੇ ਆ ਤੇ ਕਿ ਅਜ਼ੀਲ ਹਾਈਮਾ ਦੇ ਵਿੱਚ ਵੀ ਇੱਥੇ ਦੇਖਿਆ ਗਿਆ ਹੈ ਕਿ ਉੱਥੇ ਵੀ ਲੋਕਾਂ ਨੂੰ ਇਹ ਕਰੋਨਾ ਵਾਇਰਸ ਆ ਚੁੱਕਾ ਆ ਤੇ ਬਾਕੀ ਮੈਂ ਤੁਹਾਨੂੰ ਇੱਕ ਫੋਟੋ ਵੀ ਭੇਜਦਾ ਜਿਹਦੇ ਵਿੱਚ ਲਿਖਿਆ ਹੋਇਆ ਵੀ ਕਿਹੜੀ ਸਟੇਟ ਦੇ ਵਿੱਚ ਕਿੰਨਾ ਕਿਹੇ ਵਾਇਰਸ ਫੈਲ ਚੁੱਕਾ ਆ ਤੇ ਕਿੰਨੇ ਲੋਕਾਂ ਦੀ ਉੱਥੇ ਇਨਫੈਕਸ਼ਨ ਦੇ ਵਿੱਚ ਬੈਠੇ ਆ ਤੇ ਕਿੰਨਿਆਂ ਦੀ ਸਿਹਤ ਫੇਰ ਦੁਬਾਰਾ ਠੀਕ ਹੋ ਗਈ ਆ ਤੇ ਕਿੰਨਿਆਂ ਦੀ ਮੌਤ ਹੋ ਚੁੱਕੀ ਆ ਇਹ ਸਾਰਾ ਉਸ ਪਿਕ ਦੇ ਵਿੱਚ ਦਿੱਤਾ ਗਿਆ ਆ ਤੇ ਜਿਹੜੀ ਇੱਥੇ ਦੀ ਫੈਕਟਰੀ ਫੌਲਕਸ ਭਾਗ ਨੇ ਆ ਉਹ ਵੀ 2 ਹਫ਼ਤਿਆਂ ਲਈ ਬੰਦ ਹੋ ਰਹੀ ਆ ਤੇ ਬਾਕੀ ਜੇ ਕੋਈ ਗਲਤੀ ਹੋਈ ਹੋਵੇ ਤਾਂ ਸੌਰੀ ਚੰਗਾਈ ਸਤਿ ਸ਼੍ਰੀ ਅਕਾਲ